ਅੱਜ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੜਕ ਪਾਰ ਕਰ ਰਹੇ ਨੌਜਵਾਨ ਨੂੰ ਤੇਜ਼ ਰਫ਼ਤਾਰ ਨੇ ਇੱਕ ਗੱਡੀ ਦੇ ਵੱਲੋਂ ਪੈਦਲ ਜਾ ਰਹੇ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਗਈ। ਸੀਸੀਟੀਵੀ ਕੈਮਰੇ ਵਿੱਚ ਇਹ ਤਸਵੀਰਾਂ ਕੈਦ ਹੋਈਆਂ ਨੇ। ਭਿਆਨਕ ਹਾਦਸਾ ਵਾਪਰਿਆ ਹੈ। ਉਸ ਤੋਂ ਬਾਅਦ ਉੱਥੇ ਦੇ ਲੋਕਾਂ ਨੇ ਉਸ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਅਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਓਵਰ ਸਪੀਡਿੰਗ 'ਤੇ ਆਇਆ ਬੜੀ ਤੇਜ਼, ਪਹਿਲੇ ਇਹਨੇ ਮੈਨੂੰ ਚੁੱਕਣਾ ਸੀ, ਫਿਰ ਇਹਨੇ ਪਹਿਲੇ ਬੰਦਾ ਚੁੱਕਿਆ, ਫਿਰ ਇਹਨੇ ਮੈਨੂੰ ਚੁੱਕਣਾ ਸੀ, ਫਿਰ ਅੱਗੇ ਦੋ ਤਿੰਨ ਬੰਦਿਆਂ ਨੂੰ ਹੋਰ ਚੁੱਕਣਾ ਸੀ ਇਹਨੇ। ਐਕਸੀਡੈਂਟ ਮੌਕੇ ਸਿਰ ਆਪਾਂ ਆ ਗਏ ਹਾਂ, ਖੜੋ ਗਏ ਨਾ ਲੱਗੇ ਉਹ ਬੰਦੇ ਨੂੰ, ਹੁਣ ਅਸੀਂ ਹੋਸਪਿਟਲ ਪਹੁੰਚਾ ਦਿੱਤਾ। ਬੰਦੇ ਦੀ ਹਾਲਤ ਕਿਵੇਂ ਦੀ ਹੈ? ਬੰਦੇ ਦੀ ਹਾਲਤ ਸੀਰੀਅਸ ਹੈਗੀ ਹੈ। ਗੱਲ ਜੀ ਇਸ ਤਰ੍ਹਾਂ ਦੀ, ਅਸੀਂ PCR 12 ਤੇ ਮੇਰੀ ਡਿਊਟੀ ਹੈ, ਅਸੀਂ ਇੱਥੋਂ ਲੰਘ ਰਹੇ ਸੀਗੇ, ਇੱਕ ਇਨੋਵਾ ਗੱਡੀ ਦਾ ਅਤੇ ਇੱਕ ਪੈਦਲ ਸੀਗਾ ਬੰਦਾ, ਉਹਦਾ ਐਕਸੀਡੈਂਟ ਹੋਇਆ ਵਾ, ਜਿਹਨੂੰ ਕਿ ਸੱਟ ਲੱਗੀ ਆ, ਉਹਦਾ ਨਾਂ ਗਣੇਸ਼ ਸਿੰਘ ਆ, ਜਿਹਨੂੰ ਸਿਵਲ ਹੋਸਪਿਟਲ ਐਡਮਿਟ ਕਰਵਾ ਦਿੱਤਾ। ਜਿਹੜੀ ਗੱਡੀ ਆ ਉਹ ਅਸੀਂ ਰੱਖ ਲਈ ਆਪਣੇ ਕੋਲ। ਪਹਿਲਕਾ ਨਿਊਜ਼, ਜੇਕਰ ਸੱਚ ਲਿਖਣਾ, ਸੱਚ ਬੋਲਣਾ ਬਗਾਵਤ ਹੈ ਤਾਂ ਸਮਝੋ ਪਹਿਲਕਾ ਨਿਊਜ਼ ਬਾਗੀ ਹੈ। ਸਰਕਾਰ ਤੱਕ ਪਹੁੰਚਾਉਣ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ ਹੈ। ਜੇਕਰ ਸਰਕਾਰਾਂ ਕਰ ਰਹੀਆਂ ਨੇ ਕਿਸਾਨਾਂ ਨਾਲ ਧੱਕਾ, ਨਹੀਂ ਸੁਣੀ ਜਾ ਰਹੀ ਗਰੀਬਾਂ ਦੀ ਗੱਲ, ਪੰਜਾਬ ਦਾ ਇੱਕ ਬੇਧੜਕ ਨਿਰਧੜਕ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਹਰ ਪਲ ਤੁਹਾਡੇ ਨਾਲ ਹੈ। ਜੇਕਰ ਕਿਸੇ ਨਾਲ ਹੋ ਰਹੀ ਹੈ ਬੇਇਨਸਾਫੀ, ਪ੍ਰਸ਼ਾਸਨ ਨਹੀਂ ਦੇ ਰਿਹਾ ਜਨਤਾ ਨੂੰ ਸਹੀ ਹੱਕ, ਤੁਹਾਡੀ ਆਵਾਜ਼ ਚੱਕਣ ਲਈ ਤੇ ਤੁਹਾਡੀ ਮਦਦ ਕਰਨ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ। ਜੇਕਰ ਜਨਤਾ ਨਾਲ ਹੋ ਰਿਹਾ ਧੱਕਾ, ਰਾਜਨੀਤਿਕ ਨੇਤਾ ਜਾਂ ਸ਼ਰਾਰਤੀ ਆਂਸਰ ਜਨਤਾ ਨੂੰ ਕਰ ਰਹੇ ਨੇ ਪਰੇਸ਼ਾਨ, ਤੁਹਾਡੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਤੁਹਾਡੇ ਨਾਲ ਹੈ।